Gori, gori, ho yaro, gori, gori. Gori, gori, ho yaro, gori, gori. Gori, gori. ਭਾਬੀ ਤੂੰ ਹਾਂ ਤੇ ਤੂੰ ਕੀ ਸੋਚਿਆ ਵੀ ਇੰਨੀ ਸਿਖਰ ਦੁਪਹਿਰੇ ਉੱਤੇ ਕੋਈ ਚੁੜੇਲ ਫਿਰਦੀ ਹੈ ਖੇਤਾਂ 'ਚ ਉਹ ਨਹੀਂ ਨਹੀਂ ਭਾਬੀ ਨਾਲੇ ਕਿਹਦੀ ਯਾਰ 'ਚ ਗੀਤ ਗਾ ਰਹੇ ਹੈ ਕਿਹੜੀ ਗੋਰੀ ਹੈ ਜਿਹਨੇ ਸਾਡੇ ਦਿਓਰ ਦਾ ਦਿਲ ਲੁੱਟ ਲਿਆ ਹੈ ਉਹ ਨਹੀਂ ਭਾਬੀ ਸਾਡੀ ਤਾਂ ਦਿਲ ਲਾਉਣ ਦੀ ਉਮਰ ਹੀ ਲੰਘ ਗਈ ਮੈਂ ਤਾਂ ਉਹ ਦਿਲ ਪਰਚਾਉਣ ਲਈ ਗਾ ਰਿਹਾ ਸੀ ਨਾਲੇ ਇਸ ਉਮਰੇ ਸਾਡੀ ਹੂਕ ਕਿਹਨੇ ਸੁਣਨੀ ਹੈ ਭਾਬੀ ਨਾ ਓਏ ਚੰਦਰਿਆ ਇਉਂ ਨਾ ਕਹਿ ਮਾਰ ਲਿਆ ਸਾਨੂੰ ਤਾਂ ਇਸ ਗਰੀਬੀ ਨੇ ਪਹਿਲਾਂ ਮਾਂ ਪਿਓ ਦੇ ਘਰ ਵੇਖੀ ਤੇ ਹੁਣ ਆਪਣੀ ਪਰ ਤੂੰ ਦਿਲ ਕਿਉਂ ਛੋਟਾ ਕਰਨਾ ਹੈ ਆ ਲੈ ਤੂੰ ਰੋਟੀ ਖਾ ਠਹਿਰ ਜਾ ਭਾਬੀ ਆ ਜਾਣ ਦੇ ਬਾਈ ਨੂੰ ਇਕੱਠੇ ਬੈਠ ਕੇ ਖਾਂਦੇ ਹਾਂ ਚੰਗਾ ਚੱਲ ਐਂ ਕਰ ਤਦ ਤੱਕ ਮੈਨੂੰ ਹੀ ਆਪਣੀ ਹੀਰ ਸਮਝ ਲੈ ਤੇ ਸੁਣਾ ਦੇ ਕੋਈ ਗੀਤ ਭਾਬੀ ਕਿਉਂ ਵੇ ਚੰਦਰਿਆ ਮੈਂ ਸੋਹਣੀ ਨਹੀਂ ਯਾਦ ਹੈ ਜਦੋਂ ਮੈਂ ਨਵੀਂ ਨਵੀਂ ਵਿਆਹੀ ਆਈ ਸੀ ਤਾਂ ਤੇਰੇ ਭਰਾ ਨੇ ਤਾਂ ਕੀ ਤੂੰ ਵੀ 8-10 ਦਿਨ ਘਰੋਂ ਬਾਹਰ ਪੈਰ ਨਹੀਂ ਸੀ ਪਾਇਆ ਭਾਬੀ ਉਸ ਵੇਲੇ ਤਾਂ ਤੂੰ ਅਸਮਾਨੋਂ ਉਤਰੀ ਪਰੀ ਲੱਗਦੀ ਸੀ ਵੇ ਫੋਟ ਹੁਣ ਕੀ ਮੈਂ ਬੁੜੀ ਹੋ ਗਈ ਹਾਂ ਉਹ ਨਹੀਂ ਨਹੀਂ ਭਾਬੀ ਮੈਂ ਤਾਂ ਨਹੀਂ ਕਿਹਾ ਤੂੰ ਤਾਂ ਭਾਬੀ ਜੇ ਕਿਤੇ ਤੂੰ ਬਾਈ ਦੀ ਵਿਆਹਦੜ ਨਾ ਹੁੰਦੀ ਤਾਂ ਆਖਣਾ ਕਿ ਮੈਂ ਤੈਨੂੰ ਇੰਨੀ ਸੋਹਣੀ ਲੱਗਦੀ ਸੀ ਕਿ ਤੇਰਾ ਦਿਲ ਵੀ ਮੈਨੂੰ ਪਿਆਰ ਕਰਨ ਲਈ ਲੋਚਦਾ ਸੀ ਭਾਬੀ ਹੁਣ ਕੀ ਫਾਇਦਾ ਦਿਲ ਦੁਖੀ ਕਰਨ ਦਾ ਜਿਹਦੇ ਭਾਗਾਂ ਦੀ ਸੀ ਉਹਨੂੰ ਮਿਲ ਗਈ ਮੱਖਣਾ ਭਾਗ ਬਦਲਣ ਨੂੰ ਕੋਈ ਚਿਰ ਲੱਗਦਾ ਸੱਚੀ ਭਾਬੀ ਤੇਰਾ ਬਾਈ ਤਾਂ ਮੇਰੇ ਤੋਂ 8-10 ਸਾਲ ਵੱਡਾ ਹੈ ਔਂ ਤਾਂ ਮੈਂ ਤੇਰੇ ਹਾਣ ਦੀ ਸੀ ਭਾਬੀ ਤੁਹਾਡੇ ਕੋਈ ਜਵਾਬ ਕਿਉਂ ਨਹੀਂ ਹੁੰਦਾ ਤੇਰੇ 'ਚ ਕੋਈ ਕਮੀ ਹੈ ਜਾਂ ਉਹ ਨਾ ਨਾ ਇਹ ਤਾਂ ਸਭ ਕਰਮਾਂ ਦੀਆਂ ਗੱਲਾਂ ਨੇ ਤੂੰ ਛੱਡ ਨਾ ਗੱਲਾਂ ਨੂੰ ਤਾਂ ਮੈਨੂੰ ਕੋਈ ਗੀਤ ਸੁਣਾ ਰੋਟੀ ਲਿਆਈ ਹੈ ਅੱਛਾ ਮੈਂ ਹੱਥ ਹੋ ਗਿਆ ਮੱਖਣਾ ਤੂੰ ਵੀ ਖਾ ਲੈ ਰੋਟੀ ਹੱਥ ਧੋ ਲੈ ਬਸ ਭਾਬੀ ਮੇਰਾ ਢਿੱਡ ਤਾਂ ਤੇਰੇ ਲਾੜ ਨਾਲ ਹੀ ਭਰ ਗਿਆ ਭਾਬੀ ਆ ਬਾਈ ਕਿੱਥੋਂ ਆ ਨਿਕਲਿਆ ਕਿਤੇ ਨੇ ਆਪਾਂ ਨੂੰ ਦੇਖਤਾ ਨਹੀਂ ਲਿਆ ਉਹ ਕਾਹਨੂੰ ਤੂੰ ਕਾਹਨੂੰ ਫਿਕਰ ਕਰਦਾ ਰਾਤ ਨੂੰ ਇਹਨੂੰ ਸਵਾ ਕੇ ਆਉਂਗੀ ਤੇਰੇ ਕੋਲੇ ਛੇਤੀ ਨਾ ਸੌਜੀ ਦਿਓਰ ਭਾਬੀ ਇਹ ਕੀ ਗੱਲਾਂ ਕਰਦੇ ਆ ਪਏ ਤੈਨੂੰ ਕੋਈ ਰੋਟੀ ਦੀ ਫਿਕਰ ਹੈਗੀ ਹੈ ਤੇਰੇ ਉਡੀਕ 'ਚ ਬੈਠੇ ਸੀ ਅਸੀਂ ਆ ਤੇਰਾ ਭਰਾ ਕਹਿੰਦਾ ਸੀ ਵੀ ਤੇਰੇ ਆਏ ਤਾਂ ਹੀ ਰੋਟੀ ਖਾਣੀ ਹੈ ਨਾਨੀ ਦੇ ਬਾਹਰ ਜਾਣ ਦੇ ਕਾਗਜ਼ਾਤ ਆਉਣ ਵਾਲੇ ਹੈ 2 ਕਿੱਲੇ ਵੇਚਣੇ ਪੈਣੇ ਹੈ ਉਸ ਵਾਸਤੇ ਸਰਕਾਰੀ ਕਾਗਜ਼ਾਂ 'ਤੇ ਮੱਖਣ ਦਾ ਅੰਗੂਠਾ ਲਵਾ ਲਈ ਨਾਲ ਦੀ ਨਾਲ ਸਾਰੀ ਜ਼ਮੀਨ ਦੇ ਮੁਖਤਾਰਨਾਮੇ 'ਤੇ ਵੀ ਮੱਖਣ ਦਾ ਅੰਗੂਠਾ ਲਵਾ ਲਈ ਫਿਰ ਕੋਈ ਖਤਰਾ ਨਹੀਂ ਸਮਝ ਗਈ ਨਾ ਤਦ ਤੱਕ ਇਹਦੇ ਨਾਲ ਮਿੱਠੀ ਪਿਆਰੀ ਬਣੀ ਰਹਿ ਉਹ ਚੰਗਾ ਜਗ੍ਹਾ ਚੁੱਪ ਕਰ ਆਉਂਦਾ ਹੀ ਉਹ ਹੱਥ ਧੋ ਕੇ ਬਾਈ ਠੀਕ ਹੈ ਨਾ ਸਰਪੰਚ ਬੀਜੂ ਬਾਰੇ ਉਹ ਕਹਿੰਦਾ ਸੀ ਉਹਦੇ ਵਾਸਤੇ ਚੰਡੀਗੜ੍ਹ ਜਾਣਾ ਪੈਣਾ ਉਹ ਚੰਗਾ ਚੰਗਾ ਵਗਦੀ 2 ਦਿਨਾਂ ਤੱਕ ਨਾਲ ਮੈਨੂੰ ਲੈ ਜੀ ਮੈਂ ਪੇਕੇ ਮੱਖਣ ਦੇ ਰਿਸ਼ਤੇ ਦੀ ਗੱਲ ਕੀਤੀ ਹੈ ਹਲਾ ਹਾਂ ਪੇਕੀ ਵਾਹ ਬਈ ਵਾਹ ਫਿਰ ਤਾਂ ਅਸੀਂ ਭਰਾ ਵੀ ਤੇ ਸਾਡੂ ਵੀ अरे काका बात हुई थी छोटे की उनका गैर हाजिरी में कभी बड़ा आ गया और कभी उनका बाप आ गया मैंने वहाँ से बड़ा हाथ मारा और भाग आई बस अब देख तू मेरा हाथ 25,000 रिया ऐसा और तेरे को तोड़ूंगा एक कन्हैया सामी के साथ 25,000 लूंगा अरे नहीं काका नहीं इन्हीं से और ले ले ई के पास बहुत पैसा है और बहुत जमीन है तो ठीक है आने दे तेरे वो घर वाले को तो ऐसा करियो उसके बड़े भाई और उसके बाप को हाथ में रखियो उनसे जितना पैसा उठेल सकती है उठेल लेना बंदे का का है बस खुश ही तो रहना है और का लगता है वो आए गया अरे आने दो हरामी को मैं देखती हूँ कैसे दुखी करते हैं मेरे बेटे को हाँ आ गया तो आ...
अभी बुलाती हूँ बच्चों को। अरे मैंने जाई थी तेरे साथ, तेरे बाप का तेरे भाई का क्या काम मेरी बेटी को हाथ लगाए का है? हौली बोल हौली, क्यों पिंड इकट्ठा करी जानी है? अरे तेन उत्थे की तकलीफ सी है? घटो घट मेहनत ठीक लें। देखो हाँ सरदार, तुम अमीर हो तो अपना घर में, हम भी इज्जत वाले हैं। अरे ऐसा कभी हो होता है का? और देखिए तेरी इज्जत, अरे तू दस की चुके लिया करो है? हम तुम्हें चोर लगते हैं का? अरे इसकी तुम्हारी गैर हाजिरी में तेरे बाप का क्या काम है बेटी का हाथ लगाएगा? अभी बता दे सुरक्षा के काका, जाओ थाने इको बता दे बलात्कार की सजा 7 साल होती है, 7 साल। हाँ छड़ रहा हूँ यार, इन गल की रखा है अपने बाप के भरा वालों, मैं माफी मांग लेना यार। हाल देखो सरदार, तो माफी मांग तो ठीक है, बात यह है सरस्वतिया की माँ है बीमार, उसके खातिर को जाना पड़ेगा गांव। जब वापस आएगी तो मैं छोड़ आऊंगा सरस्वतिया को, ठीक है का? जे माँ बीमार है, ये डॉक्टर है, आप फड़ पूरा 5,000 इधर भेज गांव, माँ का करावे इलाज, ठीक है? ते नाले तू चल अपने करे, जो गल्ला हो गया पा मिट्टी, चल चलिए। सरदार जी अब के ऐसा है फिर मत कहना। अरे सुरसतिया अब तू सुन, अगर ऐसा होए तो सीधी गांव अपनी अम्मा के पास चले जाना, यहाँ मत आना, समझ लियो सरदार जी अब। हाँ चला हा, जा। ओ आजा भाई बाहर होना है। भाभी सुन, भाभी निका देवर तेरा बड़ा लाली तू गां पढ़ना जा, तेरा करिए कोई हीला, पर जे मेरी मने ता तू कनाडा चला जा, सुने बड़े पैसे मिलते हैं उथे, देख लो भाई जिवें थोड़ी मर्जी। ओ चला जा चला जा, इत्थे तां तक्के ही ने, नाले 4 पैसे कमाएगा, नाले देखी उते मेमा शेमा नाले जे कोई चंगी लगी ना उथे ही ब्याह करा ली, अपना भी रवा बदल जू। भाई जी आई केरा कौन है? मेरा ख्याल है बलैतीए दा जैबू है, मैं उन्हें तेरे बाहर जाने दे कागजां दा जुगाड़ करन नूं कहा सी, ना आया। लो भाई मैनू तां लगदा लाली दा काम बन गया, ਹੁਣ ਰਹੀ ਮੇਮਾ ਚ। ਓ ਭਾਬੀ ਮੇਮਾ ਨੂੰ ਕਿਹੜਾ ਫੁੱਲ ਲੱਗੇ ਹੁੰਦੇ ਆ, ਤੂੰ ਕਿਹੜਾ ਮੇਮਾ ਨਾਲੋਂ ਘੱਟ ਹੈ। ਹੱਟੋ ਬੇਸ਼ਰਮ ਜਿਹਾ, ਤੂੰ ਐ ਕਰੀ ਇੱਕ ਸੋਹਣੀ ਜੀ ਮੇਮ ਆਪਣੇ ਇਸ ਭਰਾ ਵਾਸਤੇ ਵੀ ਭੇਜਦੀ ਡਾਕ ਰਾਹੀਂ, ਕਿਤੇ ਛੜਾ ਹੀ ਨਾ ਤੁਰ ਜਾ ਜਾਨ ਤੋਂ। ਲੈ ਭਾਬੀ ਭਲਾ ਤੇਰੇ ਹੁੰਦੇ ਹੋਏ ਮੈਨੂੰ ਕਾਹਦਾ ਫਿਕਰ, ਨਾਲੇ ਉਹਨਾਂ ਦਾ ਬੜਾ ਕਹਿੰਦੀ ਸੀ, ਤੇਰੇ ਲਈ ਤਾਂ ਮੈਂ ਸਾਗ ਪੇਕਿਆਂ ਤੋਂ ਲਿਆਉਂਗੀ। ਓ ਠੀਕ ਹੈ ਤੂੰ ਜਾਣ ਦੇ, दो किले बेचने पैने, वो भी छेती। तू ऐ कर इस ते लांग उठा। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਔਰ ਦਵਾ ਸਾਹਿਬ ਆਓ ਬੈਠੋ। ਅੱਜ ਕਿਵੇਂ ਤਕਲੀਫ ਕੀਤੀ ਆ? ਕੀ ਦੱਸੀਏ ਸਰਪੰਚ ਸਾਹਿਬ, ਆਹ ਕਾਲੇ ਕੱਛੇ ਵਾਲਿਆਂ ਨੇ ਬੜੇ ਤੰਗ ਕੀਤੇ ਹੋਏ ਆ, ਕੱਲ੍ਹ ਆ ਲਾਗਲੇ ਪਿੰਡ ਫਿਰ ਡਾਕਾ ਮਾਰਿਆ ਅਤੇ ਨਾਲੇ 4 ਬੰਦੇ ਦਾ ਕਤਲ ਕਰ ਗਏ। ਦਾਓ ਸਾਹਿਬ ਪੜ੍ਹਿਆ ਤਾਂ ਮੈਂ ਵੀ ਅਖਬਾਰ ਵਿੱਚ, ਪਰ ਇਸ ਲਿਸਟ ਵਿੱਚ ਮੈਂ ਤੁਹਾਡੀ ਕੀ ਮਦਦ ਕਰ ਸਕਦਾ? ਸਰਪੰਚ ਸਾਹਿਬ ਮੈਂ ਤੁਹਾਨੂੰ ਇੱਕ ਸਲਾਹ ਦਿੰਦਾ, ਤੁਸੀਂ ਪਿੰਡ ਵਿੱਚ ਠੀਕਰੀ ਪਹਿਰਾ ਸ਼ੁਰੂ ਕਰਵਾਓ। ਮੈਂ ਜੀ ਪੰਚਾਇਤ ਸੱਦ ਕੇ ਸਿਲਸਿਲੇਵਾਰ ਡਿਊਟੀ ਲਾਉਣ ਦਾ ਪ੍ਰਬੰਧ ਕਰਦਾ। ਹਾਂ ਇੱਕ ਮਸਲਾ ਹੋਰ ਸਰਪੰਚ ਸਾਹਿਬ, ਸਾਨੂੰ ਸੋਚਣਾ ਮਿਲੀ ਹੈ ਕਿ ਤੁਹਾਡੇ ਪਿੰਡ ਵਿੱਚ ਕੋਈ ਬੰਦਾ ਦੂਸਰੇ ਸੂਬਿਆਂ ਤੋਂ ਔਰਤਾਂ ਲਿਆ ਕੇ ਅੱਗੇ ਵੇਚਣ ਦਾ ਧੰਦਾ ਕਰਦਾ ਹੈ, ਕੀ ਤੁਹਾਡੀ ਨਿਗਾਹ ਵਿੱਚ ਕੋਈ ਹੈ ਸ਼ੱਕੀ ਬੰਦਾ? ਸਾਡੇ ਪਿੰਡ ਵਿੱਚ ਕੋਈ ਵੀ ਐਸਾ ਸ਼ੱਕੀ ਬੰਦਾ ਨਹੀਂ। ਸਰਪੰਚ ਸਾਹਿਬ ਸਾਨੂੰ ਭਰੋਸੇਯੋਗ ਸੂਤਰਾਂ ਦਾ ਪਤਾ ਲੱਗਿਆ ਕਿ ਲੁੱਟਾਂ ਖੁਆਂ ਕਰਨ ਵਾਲਾ ਗੈਂਗ ਅਤੇ ਦੂਜੇ ਸੂਬਿਆਂ 'ਚੋਂ ਤੀਵੀਆਂ ਲੈ ਕੇ ਵੇਚਣ ਦਾ ਕੰਮ ਕੋਈ ਨਾ ਕੋਈ ਬੰਦਾ ਤੁਹਾਡੇ ਪਿੰਡ 'ਚ ਵੀ ਕਰਦਾ, ਹੋ ਸਕਦਾ ਇਹਦੇ ਲਈ ਮੈਂ ਕੋਈ ਖੁਫੀਆ ਪ੍ਰਬੰਧ ਵੀ ਕਰਾਂ।
ਜੇਕਰ ਤੁਹਾਨੂੰ ਕੋਈ ਇਤਲਾਹ ਮਿਲਦੀ ਹੈ ਤਾਂ ਪੁਲਿਸ ਨੂੰ ਜ਼ਰੂਰ ਸੂਚਿਤ ਕਰੋ। ਚੰਗਾ ਜੀ, ਮੈਂ ਚੱਲਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਾਡੇ ਪਿੰਡ ਵਿੱਚ ਐਸਾ ਕਿਹੜਾ ਸ਼ਖਸ ਹੋ ਸਕਦਾ ਹੈ?